ਨਾ ਪਾਕਿਸਤਾਨੀ ਬਾਡੀ ਚ ਕੀ ਨੁਕਸਾ ਮੈਨੂੰ ਦੱਸਿਓ, ਉਹਨੇ ਵੀ ਜਵਾਕ ਹੀ ਜੰਮਣੇ, ਕਿਹੜਾ ਬਲੂੰਗੜੇ ਜੰਮਣੇ? ਬਲੂੰਗੜੇ ਜੰਮਣ ਵਾਲੀ ਦੇ ਸਿਰ ਤੋਂ ਤਾਂ ਮੈਂ 100 ਵਾਰੀ ਪਾਣੀ ਮਾਰ ਦੂੰ, ਪਰ ਜੇ ਕਿਤੇ ਪਾਕਿਸਤਾਨੀ ਲੈ ਆਇਆ ਨਾ, ਮੈਂ ਮੱਥੇ 'ਚ ਗੜਵੀ ਮਾਰਨੀ। ਤੁਸੀਂ ਤਾਂ ਕਿਤੇ ਰਿਸ਼ਤਾ ਵੀ ਉਹ ਲੱਭਦੇ ਆ, ਕਿਹਨਾਂ ਨੇ ਕਿਤੇ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਨਾ ਦੇਖਿਆ ਹੋਵੇ? ਨਾ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਹੀ ਰਹਿ ਗਿਆ ਦੇਖਣ ਨੂੰ। ਹੋਰ ਕੰਟਰੀਆਂ ਨੂੰ ਅੱਗ ਲੱਗ ਗਈ? ਆ ਕਿਰਾਇਆ ਫੜ ਜਾਂ ਭਾਂਡੇ 'ਚ ਵੜ। ਖੋਲਿਆ ਪਿਓ ਵਾਲਾ ਮੈਰਿਜ ਬਿਊਰੋ, ਮੰਗਿਆ ਕੀ ਸੀ ਤੇਰੇ ਕੋਲੋਂ? ਇੱਕ ਸਿੰਪਲ ਜੀ ਕੁੜੀ ਜਿਹੜੀ ਸਿਰ ਤੇ ਚੁੰਨੀ ਲੈਂਦੀ ਹੋਵੇ, ਘਰ ਦੇ ਕੰਮ ਕਰਦੀ ਹੋਵੇ, ਕੱਪੜਾ ਲੀੜਾ। ਮੈਂ ਸਮਝ ਗਿਆ ਆ, ਇਹਨਾਂ ਨੂੰ ਕਿਤੇ ਫੁਲਕਾਰੀ ਵਾਲੀ ਅੰਜਲੀਨਾ ਜੋਲੀ ਚਾਹੀਦੀ ਆ। ਇੰਨੇ ਗੁਣ ਤਾਂ ਕੁੰਡਲੀ 'ਚ ਨਹੀਂ ਹੁੰਦੇ ਜਿੰਨੇ ਇਹ ਕੁੜੀ 'ਚ ਭਾਲਦੇ ਨੇ। ਇਹ ਜੀ ਕੁੜੀ ਤਾਂ ਫਿਰ ਆਰਡਰ 'ਤੇ ਹੀ ਬਣਾਉਣੀ ਪੈਣੀ ਆ। ਬਿੱਲੋ ਦੇ ਘਰ ਦਾ ਕਿਤਾ ਪਤਾ ਲੱਗ ਗਿਆ ਆ, ਬਟ ਇਹ ਵੀ ਪਤਾ ਲੱਗਿਆ ਆ ਕਿ ਬਿੱਲੋ ਨਾਲ ਔਖਾ ਤੁਹਾਡਾ ਪੇ ਮਨਾਉਣਾ ਆ। ਉਹ ਬਸ ਕਰੋ, ਉਹ ਸ਼ੁਕਰ ਕਰੋ ਤੁਹਾਡੇ ਦਾਦੇ ਪੜਦਾਦਿਆਂ ਦੀ ਲਾਟਰੀ ਨਿਕਲੀ ਜਿਹੜੀ ਹੁਣ ਤੱਕ ਕੰਮ ਆਈ ਜਾਂਦੀ ਆ। ਇੰਗਲੈਂਡ 'ਚ ਕਿਹੜਾ ਨੌਕਰ ਰੱਖਦਾ? ਤੁਹਾਨੂੰ ਵੀ ਮੇਰੇ ਦਾਦਾ ਜੀ ਨੇ ਨੌਕਰ ਹੀ ਰੱਖਿਆ ਸੀ, ਭਾਂਡੇ ਮਾਂਜਦਾ ਮਾਂਜਦਾ ਉਹਨਾਂ ਦੀ ਪੋਤੀ ਹੋਈ ਮਾਂਜ ਗਿਆ। ਮੈਨੂੰ ਸੋ ਰੱਬ ਦੀ ਰਵੇ, ਸੋ ਰੱਬ ਦੀ ਸਾ ਚੜ ਗਿਆ ਵੇ। ਕਰੇਲੇ ਤੂੰ ਬਣਾਏਗਾ ਤੁਹਾਡੇ ਘਰ ਦਾ ਨੌਕਰ ਜੋ ਹੋਇਆ। ਤੁਸੀਂ ਬਿਲਕੁਲ ਸਹੀ ਸੁਣਿਆ, ਤਾਂ ਹੀ ਤਾਂ ਹੈਰਾਨੀ ਦੇ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਕੀ ਨਿਕਲਿਆ। ਮੈਡਮ ਤੁਸੀਂ ਅੱਜ ਡਿਨਰ ਦੇ ਵਿੱਚ ਕੀ ਲਓਗੇ? ਬਸ ਉੱਠਣੀ ਲੱਗਿਆ ਸੀ ਜੀ। ਉੱਠਣ ਦੀ ਕੀ ਲੋੜ ਆ? ਮੈਂ ਤਾਂ ਤੁਹਾਡੇ ਲਈ ਦੁੱਧ 'ਚ ਛੁਆਰੇ ਰਨ ਕੇ ਲਿਆਉਣ ਲੱਗਿਆ। ਚੜ ਗਿਆ ਵੇਲਾ। ਅੰਕਲ ਮੈਂ ਬਿੱਲੋ ਦਾ ਹੱਥ ਮੰਗਣਾ ਆਇਆ। ਬਿੱਲੋ ਮੇਰੇ ਦੋਸਤ ਦੀ ਬੇਟੀ ਹੈ। ਉਹ ਅੱਛਾ ਅੱਛਾ, ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਆਈ ਹੋਈ ਹੈ। ਆਈ ਤਾਂ ਪੰਜਾਬ ਤੋਂ ਹੀ ਆ, ਪਰ ਉਧਰ ਵਾਲੇ ਪੰਜਾਬ ਤੋਂ। ਮੁੰਡਾ ਚੜਦੇ ਪੰਜਾਬੋਂ ਬੱਲੀਏ, ਨੀ ਤੂੰ ਲੈਂਦੇ ਪੰਜਾਬ ਲਿਆ ਲਾ। ਯਾਰ ਕਸ਼ਮੀਰ ਦਿਲ 'ਚ ਹੌਲ ਜਿਹਾ ਪਈ ਜਾਂਦਾ। ਇਹ ਵੀ ਕਿੱਦਾਂ ਢੀਠ ਹੈ ਆ ਤੂੰ, ਕਿੱਦਾਂ ਤੇਰੇ ਨਾਲ ਹੋਈ ਆ? ਤੈਨੂੰ ਤਾਂ ਦਿਲ ਨੂੰ ਹੌਲ ਨਹੀਂ, ਦਿਲ ਦਾ ਦੌਰਾ ਪੈਣਾ ਚਾਹੀਦਾ ਸੀ। ਜਿਵੇਂ ਆਪਾਂ ਨੂੰ ਭੁਲੇਖਾ ਪਿਆ, ਉਹ ਬਾਜਵੇ ਦੀ ਕੁੜੀ ਹੈ, ਅਸੀਂ ਮੇਰੇ ਘਰ ਦੇ ਨੂੰ ਭੁਲੇਖਾ ਪਾ ਦਿੰਦੇ ਅਸਰ ਖਤਮ ਹੋ ਜੇ ਤਾਂ ਸਰਜਨ ਨੂੰ ਕੀ ਕਰਨਾ ਚਾਹੀਦਾ? ਸਰਜਨ ਨੇ ਤਾਂ ਇਹਦੇ 'ਚ ਫੇਰ ਕੀ ਕਰਨਾ? ਫੇਰ ਸਿਰਜਨ ਹਾਰ ਨੇ ਕਰਨਾ ਜੋ ਕਰਨਾ ਆ। ਡੈਡੀ ਡੈਡੀ ਸੌਰੀ ਦਾ ਡੈਡੀ ਪੁੰਜੇ ਡੁੱਲਿਆ ਜਿਹੜਾ ਥੱਲੇ ਉਹ ਇਕੱਠਾ ਕਰਨ ਲੱਗਿਆ ਹੋਇਆ। ਡੈਡੀ ਡੈਡੀ ਵਾਹ, ਗੰਦੀਆਂ ਕਰ ਤੂੰ ਤਾਂ ਮੈਂ ਕਰਾਂ ਤਾਂ ਹੁਣ ਇਹਦੀ ਲਾਹੋ। ਅੱਜ ਇਹ ਸਿਰ ਪਾਟੇਗਾ ਤਾਂ ਸਿਰਫ ਦਾਸ ਦਾ ਪਾਟੇਗਾ। ਕਿਦਾਂ ਤੁਹਾਡੇ ਘਰ ਬੰਦਾ ਮੜਿਆ ਪਿਆ? ਤੁਸੀਂ ਗਿੱਧਾ ਪਾਉਣ ਲੱਗੇ ਹੋ?